ਪ੍ਰਤੀ ਮਾੜਾ ਬੋਲਣਗੇ ਤੇ ਉਹ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਨਹੀਂ ਮੰਨੇ ਜਾਣਗੇ, ਉਹ ਤਾਂ ਫਿਰ ਆਪੂ ਬਣੇ ਹੋਏ ਸਿੱਖ ਨੇ, ਆਪੂ ਮਤੀ। ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਦੁਆਪਰ ਵਿੱਚ ਕ੍ਰਿਸ਼ਨ ਮੁਰਾਰੀ ਕੰਸ ਨੂੰ ਖਤਮ ਕਰਨ ਵਾਲੇ, ਕੰਸ ਨੂੰ ਮਾਰਨ ਵਾਲੇ ਭਗਵਾਨ ਕ੍ਰਿਸ਼ਨ ਨਾਲ ਕੰਸ ਦਾ ਵੇਰਵਾ, ਨਾਲ ਦੁਆਪਰ ਯੁੱਗ ਦਾ ਵੇਰਵਾ। ਉਗਰ ਸੈਨ ਕੋ ਰਾਜ ਪੈ ਭਗਤੇ ਜਨ ਦੀ, ਕੰਸ ਨੂੰ ਮਾਰਿਆ ਆਪ ਰਾਜੇ ਬਣ ਗਏ ਨਹੀਂ, ਉਗਰ ਸੈਨ ਨਿਮਾਣੇ ਨੂੰ, ਗਰੀਬ ਨੂੰ, ਭਗਤ ਨੂੰ, ਉਹਨੂੰ ਰਾਜ ਤਿਲਕ ਦਿੱਤਾ। ਉਗਰ ਸੈਨ ਕੋ ਰਾਜ, ਕੰਸ ਤੋਂ ਖੋੜਿਆ, ਕੰਸ ਨੂੰ ਮਾਰਤਾ ਤੇ ਰਾਜ ਉਗਰ ਸੈਨ ਨੂੰ ਦਿੱਤਾ। ਕਲ ਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ, ਪਹਿਲੇ ਜਾਮੇ ਤੁਸੀਂ ਸੀ ਮਹਾਰਾਜ, ਦੂਜੇ ਵੀ ਤੁਸੀਂ ਸੀ, ਤੀਜੇ ਵੀ ਤੁਸੀਂ ਸੀ, ਚੌਥੇ ਵੀ ਤੁਸੀਂ ਸੀ, ਹੁਣ ਪੰਜਵੇਂ ਵੀ ਤੁਸੀਂ ਜੀ। ਸ੍ਰੀ ਗੁਰੂ ਸ੍ਰੀ ਗੁਰੂ ਰਾਜ ਅਬ ਚੱਲ ਅਟਲ ਆਦਿ ਪੁਰਖ ਫਰਮਾਇਓ, ਆਦਿ ਪੁਰਖ ਫਰਮਾ। ਕਹਿਣ ਲੱਗੇ ਹੁਣ ਖਤਮ ਨੀ, ਇਹ ਨੀ ਕਿ ਪੰਜਵੇਂ ਜਾਮੇ ਤੇ ਖਤਮ ਹੋ ਗਈ ਖੇਡ, ਮਹਾਰਾਜ ਹੁਣ ਅੱਗੇ ਵੀ ਤੁਸੀਂ ਹੀ ਜਾਣਾ ਹੈ, ਰਹਿੰਦੇ ਕਲਯੁਗ ਤੱਕ ਤੁਸੀਂ ਅਵਤਾਰ ਧਾਰਨੇ, ਸੰਤਾਂ ਮਹਾਂਪੁਰਸ਼ਾਂ ਦੇ ਰੂਪ ਵਿੱਚ ਆਉਣਾ। ਕਿੱਡੀ ਦਿਆਲਤਾ ਹੈ ਰੱਬ, ਕਿੰਨੀਆਂ ਕਿੰਨੀਆਂ ਮੁਸ਼ਕਲਾਂ ਚੱਲਦਾ ਹੈ ਦੁਨੀਆਂ ਵਿੱਚ, ਮਨੁੱਖੀ ਜਾਮਾ ਪਹਿਣ ਕੇ ਸਾਨੂੰ ਤਾਰਨ ਵਾਸਤੇ। ਆਪ ਰੱਬ ਮੁਸ਼ਕਲਾਂ ਉਠਾਉਂਦਾ ਏ, ਮੁਸ਼ਕਲਾਂ ਸਹਿੰਦਾ ਏ ਸਾਨੂੰ ਤਾਰਨ ਵਾਸਤੇ, ਸੋਝੀ ਪਾਉਣ ਵਾਸਤੇ, ਸਾਡੇ ਕਾਰਜ ਕਰਨ ਵਾਸਤੇ। ਸ੍ਰੀ ਗੁਰੂ ਰਾਜ ਅਬਚਲ ਅਟਲ, ਇਹ ਅਟਲ ਅਬਚਲ ਅਟਲ ਦੋਨੋਂ ਹੀ ਬਚਨ ਹੁੰਦੇ ਆ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਮੰਨਣ ਵਾਲੇ ਉਹਨਾਂ ਦੇ ਪਿਆਰੇ ਮਹਾਂਪੁਰਸ਼, ਉਹੀ ਰੂਪ ਨੇ। ਧੰਨ ਬਾਬਾ ਆਨੰਦ ਸਿੰਘ ਜੀ ਨੇ ਆਪਾਂ ਨੂੰ ਦਾਤਾਂ ਬਖਸ਼ੀਆਂ, ਇਹ ਉਹੋ ਹੀ ਸਨ, ਹੋਰ ਕੋਈ ਨਹੀਂ ਸੀ। ਆਪ ਹੀ ਗੁਰੂ ਨਾਨਕ, ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਉਂ, ਆਪਣਾ ਆਪ ਸਾਜ ਕੇ ਆਪ ਹੀ ਸਭ ਕੁਝ ਕਰਨ ਵਾਲੇ, ਆਪ ਹੀ ਆਪੇ ਪੱਟੀ ਕਲਮ ਆਪ ਉੱਪਰ ਲਿਖਣ, ਲਿਖਣ ਹਾਰਾ ਵੀ ਆਪ, ਪੱਟੀ ਵੀ ਆਪ, ਕਲਮ ਵੀ ਆਪ, ਸ਼ਾਹੀ ਵੀ ਆਪ। ਇੱਕੋ ਕਹੀਏ ਨਾਨਕਾ ਦੂਜਾ ਕਾਹੇ ਕੂ, ਕਾਗਜ਼ ਵੀ ਆਪੇ, ਸ਼ਾਹੀ ਵੀ ਆਪੇ, ਲਿਖਣ ਵਾਲਾ ਵੀ ਆਪੇ, ਆਪ ਹੀ ਲਿਖਾਰੀ ਹੈ, ਆਪ ਹੀ ਕਾਗਜ਼, ਆਪ ਹੀ ਸ਼ਾਹੀ। ਉਹਦੇ ਆਪਣੇ ਰੂਪ ਹੀ ਨੇ ਸਾਰੇ ਦੇ ਸਾਰੇ, ਸਾਰਿਆਂ ਇੱਕੋ ਰਾਮ ਵੱਸਦਾ, ਸਾਰੀਆਂ ਘਟਾਂ ਦੇ ਵਿੱਚ ਇੱਕੋ ਰਾਮ ਵੱਸਦਾ।
ਕਟ ਕਟ ਮੇ ਹਰ ਜੂ ਵਸੇ ਸੰਤਨ ਕਹਿਓ ਪਕਾਰ। ਪਰਮਾਤਮਾ ਘੱਟ ਘੱਟ ਵਿੱਚ ਰਮਿਆ ਹੋਇਆ ਹੈ। ਲੱਭਣ ਜਾਣ ਦੀ ਲੋੜ ਨਹੀਂ, ਹਾਜ਼ਰੀ ਹੈ। ਨਾ ਉਹ ਪਹਾੜਾਂ ਦੇ ਵਿੱਚ ਬੈਠਾ ਹੈ ਕੈਲਾਸ਼ ਪਰਬਤ ਤੇ, ਨਾ ਬਦਰੀਨਾਥ, ਨਾ ਠਾੜ ਤੀਰਥਾਂ ਤੇ ਬੈਠਾ ਹੈ, ਨਾ ਸਮੁੰਦਰਾਂ ਵਿੱਚ। ਖੀਰ ਸਮੁੰਦਰ ਵਿੱਚ ਕਹਿੰਦੇ ਨੇ ਪਰਮਾਤਮਾ ਨੇ, ਭਗਵਾਨ ਵਿਸ਼ਨੂੰ ਦਾਸ ਨੇ, ਤੇ ਵਿਗਿਆਨੀ ਖੋਜੀ ਸਾਰਾ ਸਮੁੰਦਰ ਢੂੰਡ ਆਏ ਆ। ਕਿਸੇ ਨੇ ਨੀ ਕਿਤੇ ਦੇਖਿਆ ਵੀ ਉਹਦਾ ਆਸਣ ਲੱਗਾ ਹੋਵੇ। ਸਾਰਾ ਸਮੁੰਦਰ ਢੂੰਡ ਲਿਆ, ਸਾਰੇ ਪਰਬਤ ਢੂੰਡ ਲਿਆ ਵੀ ਕੀ ਇਹ ਪਹਾੜਾਂ ਤੇ ਕਿੱਥੇ ਬਰਫ਼ ਹੈ, ਕਿੱਥੇ ਕਿੰਨਾ ਪਾਣੀ ਹੈ। ਹੁਣ ਤਾਂ ਮਸ਼ੀਨਾਂ ਵਿੱਚ ਵੇਖਣ ਵਾਲੀਆਂ ਹੀ ਆ ਗਈਆਂ, ਪਹਾੜ 'ਚ ਕੀ ਖੋਜੇ। ਸਾਰੇ ਕਹੀ ਜਾਂਦੇ ਤਾਂ ਤਾਂ ਹੈ, ਤਾਂ ਚੰਦਰਮਾ ਤੱਕ ਵੀ ਚੜ ਗਏ ਹਾਂ। ਉਹ ਪਰਮਾਤਮਾ ਸਭ ਜਗ੍ਹਾ ਹੀ ਹੈ। ਆਖੋ ਸ੍ਰੀ ਘੱਟ ਪੀਤਰ ਦੇਖ ਮਰਾਰੀ ਜੀਓ, ਆਪਦੇ ਘੱਟ ਅੰਦਰ ਵੇਖ, ਉਹ ਸਾਧੂ ਸੰਗਤ ਵਿੱਚ ਹੈ, ਸਾਧੂ ਸੰਗਤ ਵਿੱਚ। ਪੜੋ ਜੀ, ਇੱਕੋ ਸੀ ਨੂਰ ਤੈਨੂੰ ਪਰਮ ਕਿੱਥੋਂ ਪੈ ਗਿਆ, ਸਾਰੇ ਪਾਸੇ ਆਉਂਦਾ ਹੈ ਨੂਰ। ਇੱਕੋ ਸੀ ਨੂਰ ਤੈਨੂੰ ਪਰਮ ਕਾਤੋਂ ਪੈ ਗਿਆ, ਇੱਕੋ ਸੀ ਨੂਰ ਤੈਨੂੰ ਪਰਮ ਕਾਤੋਂ ਪੈ ਗਿਆ, ਨੂਰ ਤੈਨੂੰ ਪਰਮ ਕਾਤੋਂ ਪੈ ਗਿਆ, ਇੱਕੋ ਸੀ 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 ਨੂਰ ਤੈਨੂੰ ਪਰਮ ਕਾਤੋਂ ਪੈ ਗਿਆ, 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 ਓ ਪਰਮ ਕਾਤਾ ਪੈ ਗਿਆ, ਪਰਮ ਕਾਤਾ ਪੈ ਗਿਆ, ਪਰਮ ਕਾਤਾ ਪੈ ਗਿਆ, ਪਰਮ ਕਾਤਾ ਪੈ ਗਿਆ, ਇੱਕੋ ਸੀ ਨੂਰ ਭਾਈ ਨੂਰ ਤੈਨੂੰ ਪਰਮ ਕਾਦਾ ਪੈ ਗਿਆ, ਇੱਕੋ ਸੀ ਨੂਰ ਤੈਨੂੰ ਪਰਮ ਕਾਦਾ ਪੈ ਗਿਆ, ਨੂਰ ਤੈਨੂੰ ਪਰਮ ਕਾਦਾ ਪੈ ਗਿਆ, ਇੱਕੋ ਸੀ ਨੂਰ ਤੈਨੂੰ ਪਰਮ ਕਾਦਾ ਪੈ ਗਿਆ, ਇੱਕੋ ਸੀ ਨੂਰ ਤੈਨੂੰ ਪਰਮ ਕਾਦਾ ਪੈ ਗਿਆ, ਨੂਰ ਤੈਨੂੰ ਪਰਮ ਕਾਦਾ ਪੈ ਗਿਆ, ਇੱਕੋ ਸੀ ਨੂਰ ਤੈਨੂੰ ਪਰਮ ਕਾਦਾ ਪੈ ਗਿਆ, ਭਰਮ ਕਾਦਾ ਪੈ ਗਿਆ, ਭਰਮ ਕਾਦਾ ਪੈ ਗਿਆ, ਉਹ ਭਰਮ ਕਾਦਾ ਪੈ ਗਿਆ, ਭਰਮ ਕਾਦਾ ਪੈ ਗਿਆ, ਭਰਮ ਕਾਦਾ ਪੈ ਗਿਆ, ਬਾਬਾ ਨੰਦ ਸਿੰਘ ਜੀ ਮਹਾਰਾਜ ਦਿੱਲੀ ਗਏ, ਦੀਵਾਨ ਲਾਇਆ ਪਹਾੜੀ ਦੇ ਉੱਤੇ, ਦੀਵਾਨ ਲਾਇਆ ਹੋਰ ਉੱਚੇ ਪਿੱਛੇ ਪਹਾੜ ਸੀ, ਖੂਨੀ ਨਾਲਾ ਵੱਜਦਾ ਸੀ। ਉੱਥੇ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਆਪਣਾ ਤੰਬੂ ਲਾਇਆ, ਬਿਹੰਗਵਾਂ ਦੇ ਵੀ ਤੰਬੂ ਕਨਾਤਾਂ ਲੱਗੇ, ਗੁਰੂ ਸਾਹਿਬ ਦਾ ਟੀਨਾ ਦਾ ਕਮਰਾ ਬਣਿਆ,
ਦਿੱਲੀ ਦੀਆਂ ਸੰਗਤਾਂ ਹੁੰਮ ਹਮਾ ਕੇ ਆਉਣ ਲੱਗੀਆਂ, ਸਪੀਕਰ ਕੋਈ ਹੈਗਾ ਨਹੀਂ ਸੀ, ਬੜਾ ਵੱਡਾ ਇਕੱਠ ਬਿਨਾਂ ਸਪੀਕਰ ਤੋਂ ਬਚਨ ਸੁਣਦੇ ਸੀ। ਕੌਤਕ ਕੀ ਵਰਤਿਆ, ਅੰਮ੍ਰਿਤ ਚੋਣ ਲੱਗ ਪਿਆ ਸੰਗਤ ਵਿੱਚ, ਪਰਮਾਤਮਾ ਵੱਸਦਾ ਹੈ ਉੱਥੇ ਹੀ। ਸੁਣਨ ਵਾਲਿਆਂ ਨੂੰ ਸਵਾਦ ਤੇ ਕਰਨ ਵਾਲਿਆਂ ਨੂੰ ਰਸ ਆਏਗਾ ਜਿੱਥੇ ਉਹਦੀ ਸ਼ਕਤੀ ਹੋਏਗੀ। ਜਿੱਥੇ ਸ਼ਕਤੀ ਨਹੀਂ ਹੋਏਗੀ ਉੱਥੇ ਟਾਈਮ ਪਾਸ ਹੋਣਗੇ, ਕਰਨ ਵਾਲੇ ਵੀ ਤੇ ਸੁਣਨ ਵਾਲੇ ਵੀ ਵਕਤ ਬਿਤਾਉਣਗੇ। ਵਕਤ ਜਦੋਂ ਉਹਦਾ ਬਲ ਹੋਏਗਾ ਪਰਮਾਤਮਾ ਦਾ, ਫਿਰ ਨਹੀਂ ਕੋਈ ਗੱਲ, ਨਾ ਮਾਇਆ ਦੀਆਂ ਗੱਲਾਂ, ਨਾ ਪਦਾਰਥਾਂ ਦੀਆਂ, ਨਾ ਸਮੇਂ ਦੀ ਕੋਈ ਵੀ ਵਿਚਾਰ ਨਹੀਂ ਹੋਏਗੀ ਜੇ ਉਹਦੀ ਆਪਣੀ ਸ਼ਕਤੀ ਹੋਏਗੀ। ਜੇ ਬਲ ਸਾਡਾ ਇਹ ਵੱਧ ਸਕਦਾ ਹੈ ਘੱਟ ਸਕਦਾ ਹੈ, ਜੇ ਬਲ ਪਰਮਾਤਮਾ ਦਾ ਹੈ ਉਹ ਪੂਰਾ ਹੀ ਰਹੇਗਾ। ਬਲ ਤੇ ਸ਼ਕਤੀ ਸਾਰੀ ਉਹਦੀ ਹੈ। ਦੀਵਾਨ ਲੱਗ ਗਿਆ, ਸੰਗਤਾਂ ਜੁੜ ਗਈਆਂ, ਬਾਬਾ ਜੀ ਬਚਨ ਕਰਦੇ ਆ, ਹਰ ਇੱਕ ਦੇ ਹਿਰਦੇ ਵੱਸਦੇ ਆ। 10,000 ਦੇ ਇਕੱਠ ਵਿੱਚ ਬਾਬਾ ਆਨੰਦ ਸਿੰਘ ਦੇ ਬਚਨ ਸੁਣ ਰਹੇ ਨੇ, 10,000 ਦੇ ਇਕੱਠ 'ਚ ਸਪੀਕਰ ਨਹੀਂ। ਕੀਰਤਨ ਸ਼ੁਰੂ ਕਰਾਇਆ, ਮੀਂਹ ਸ਼ੁਰੂ ਹੋ ਗਿਆ, ਇੱਕ ਚਾਦਰ ਬਾਬਾ ਜੀ ਦੇ ਉੱਤੇ ਤਾਣੀ ਗਈ, ਚਾਰ ਸੇਵਾਦਾਰਾਂ ਨੇ, ਇੱਕ ਚਾਦਰ ਰਾਗੀਆਂ ਦੇ ਉੱਤੇ ਵੀ ਤਬਲੇ ਵਾਜੇ ਨਾ ਭਿੱਜ ਜਾਣ। ਬਾਬਾ ਜੀ ਨੇ ਆਪਣੀ ਚਾਦਰ ਚੱਕ ਕੇ ਮਾਰੀ ਪਾਸੇ, ਆਪੇ ਪਾਵਕ ਆਪੇ ਪਵਣਾ, ਬਰਸਾਤ ਪਾਣੀ ਮੀਂਹ ਸਭ ਕੁਝ ਆਪੇ ਆ ਪਾਸੇ ਸਿੱਟੋ। ਮੀਂਹ ਕਣੀਆਂ ਤੇਜ਼ ਹੋ ਗਈਆਂ, ਜਦੋਂ ਬਾਬਾ ਜੀ ਨੇ ਚਾਦਰ ਲਾਈ ਤੇ ਕੀਰਤਨੀਆਂ ਨੇ ਵੀ ਪਾਸੇ ਕਰਾ ਦੀ। ਗੁਰੂ ਸਾਹਿਬ ਦਾ ਇੱਕ ਨਿੱਕਾ ਜਿਹਾ ਟੀਨਾ ਦਾ ਕਮਰਾ ਹੈ, ਬਾਕੀ ਕੋਈ ਨਹੀਂ ਸਹਾਰਾ। ਇੱਧਰ ਮੀਂਹ, ਇੱਧਰ ਬਾਬਾ ਜੀ ਕਹਿਣ ਲੱਗੇ ਜ਼ੋਰ ਦੀ ਲਾਓ ਧਾਰਨਾ, ਸੰਗਤਾਂ ਜ਼ੋਰ ਦੀ ਬੋਲਣ। ਹੋਏਗਾ ਖਸਮ ਤਾਂ ਲਏਗਾ ਰਾਖ, 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 ਖਸਮ ਤਲੇਗਾ ਰਾਖ, ਹੋਏਗਾ 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 ਖਸਮ ਤਾਂ ਲਏਗਾ। ਬੋਲੋ ਆਖ, ਹੋਏਗਾ ਖਸਮ ਤਾਂ ਲਏਗਾ ਰਾਖ, ਹੋਏਗਾ ਖਸਮ ਤਾਂ ਲਏਗਾ ਰਾਖ, ਹੋਏਗਾ ਖਸਮ ਤਾਂ ਲਏਗਾ ਰਾਖ, ਹੋਏਗਾ ਖਸਮ ਤਾਂ ਲਏ ਖਸਮ ਤਾਂ ਲਏਗਾ, ਖਸਮ ਤਾਂ ਲਏਗਾ, ਖਸਮ ਤਾਂ ਲਏਗਾ।